ਸਾਡੇ ਮੱਲੇ ਦਾ ਮੰਗਤਾ ਮੰਗੂ ਮਰ ਗਿਆ ਵਸੀਅਤ ਚ ਆਪਣੇ ਚਾਰਾਂ ਪੁੱਤਰਾਂ ਦੇ ਨਾਂ ਇੱਕ ਇੱਕ ਇਲਾਕਾ ਕਰ ਗਿਆ ਇੱਕ ਭਈਆ ਸਰਾਂਦੀ ਨਹਿਰ ਚ ਨਹਾ ਰਿਹਾ ਸੀ ਕੋਲ ਖੜਾ ਪੰਜਾਬ ਪੁਲਿਸ ਦਾ ਬੰਦਾ ਉਹਨੂੰ ਵੜ ਵੜ ਖਾ ਰਿਹਾ ਸੀ ਕਹਿੰਦਾ ਬਾਹਰ ਨਿਕਲ ਤੈਨੂੰ ਬੜੀ ਜ਼ਰੂਰੀ ਗੱਲ ਕਹਿਣੀ ਹੈ ਮੈਨੂੰ ਤੂੰ ਚੋਰ ਲੱਗਦਾ ਤੇਰੀ ਤਲਾਸ਼ੀ ਲੈਣੀ ਹੈ ਮਾਡਰਨ ਕੁੜੀ ਨੇ ਆਪਣੇ ਬੁਆਏਫ੍ਰੈਂਡ ਦਾ ਸਾਹ ਸੁਕਾਤਾ ਮੈਂ ਮਾਂ ਬਣਨ ਜਾ ਰਹੀ ਹਾਂ ਉਹਦਾ ਰੰਗ ਉਡਾਤਾ ਕਹਿੰਦੀ ਚਿੰਤਾ ਨਾ ਕਰ ਮੈਂ ਤਾਂ ਨਵਾਂ ਹੀ ਕਮਾਲ ਦਿਖਾਉਣ ਲੱਗੀ ਹਾਂ ਮਾਂ ਬਣਨ ਖਾਤਰ ਤੇਰੇ ਅਮੀਰ ਬਾਪ ਨਾਲ ਵਿਆਹ ਕਰਾਉਣ ਲੱਗੀ ਹਾਂ ਸਾਹਿਬ ਨੇ ਆਪਣੇ ਨੌਕਰ ਨੂੰ 100 ਦਾ ਨੋਟ ਫੜਾਇਆ ਤੇ ਸਮਝਾਇਆ ਕਿ ਇਹ ਨਾ ਦੱਸੀ ਕਿ ਰਾਤੀ ਤੇਰੀ ਮੇਮ ਸਾਹਿਬ ਦੀ ਗੈਰ ਮੌਜੂਦਗੀ 'ਚ ਇੱਥੇ ਬੜੀ ਸੋਹਣੀ ਕੁੜੀ ਆਈ ਸੀ ਮੱਚ ਗਈ ਦੁਹਾਈ ਸੀ ਨੌਕਰ ਬੋਲਿਆ ਸਾਹਿਬ ਜੀ ਇੱਦਾਂ ਕੋਈ ਨਾ ਸਮਝਾਉਂਦੇ ਨੇ ਤੁਸੀਂ ਮੈਨੂੰ ਇੱਦਾਂ ਕਰੋ 900 ਰੁਪਇਆ ਹੋਰ ਦਿਓ ਮੈਡਮ ਇਸ ਕੰਮ ਲਈ ਮੈਨੂੰ 1000 ਦਾ ਨੋਟ ਫੜਾਉਂਦੇ ਨੇ ਮੈਂ ਆਪਣੇ ਬੇਟੇ ਰਮਨ ਨੂੰ ਪਬਲਿਕ ਸਕੂਲੇ ਪੜ੍ਹਨੇ ਕੀ ਪਾ ਦਿੱਤਾ ਉਹਨੇ ਖੁਦ ਤਾਂ ਕੀ ਪੜ੍ਹਨਾ ਸੀ ਪਤੰਦਰ ਨੇ ਮੈਡਮਾਂ ਨੂੰ ਪੜ੍ਹਨੇ ਲਾ ਦਿੱਤਾ ਉਹਦੀ ਮੈਡਮ ਬੋਲੀ ਬੇਟਾ ਰਮਨ ਬਿਜਲੀ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ ਰਮਨ ਬੋਲਿਆ ਮੈਡਮ ਬਿਜਲੀ ਮੇਰੇ ਮਾਮਿਆਂ ਦੇ ਘਰੋਂ ਆਉਂਦੀ ਹੈ ਅਤੇ ਮੇਰੇ ਮਾਮਿਆਂ ਦੇ ਘਰ ਜਾਂਦੀ ਹੈ ਮੈਡਮ ਬੋਲੀ ਓਏ ਰਮਨ ਪ੍ਰੂਵ ਕਰਕੇ ਦਿਖਾਓ ਨਹੀਂ ਤਾਂ ਬੈਂਚ 'ਤੇ ਖੜ੍ਹੇ ਹੋ ਜਾਓ ਮੇਰੇ ਬੇਟੇ ਰਮਨ ਨੇ ਪ੍ਰੂਵ ਕਰਨ ਲਏ ਮੇਰੇ ਤਾਂ ਸਹੁਰਿਆਂ ਦੀ ਮਿੱਟੀ ਪੱਟਤੀ ਕਹਿੰਦਾ ਮੈਡਮ ਜਦੋਂ ਵੀ ਬਿਜਲੀ ਜਾਂਦੀ ਹੈ ਮੇਰਾ ਪਾਪਾ ਕਹਿੰਦਾ ਸਾਲਿਆਂ ਨੇ ਫਿਰ ਕੱਟਤੀ ਰਮਨ ਨੂੰ ਭਾਸ਼ਣ ਮੁਕਾਬਲੇ 'ਚ ਫਸਟ ਆਉਣ 'ਤੇ ਉਹਦੇ ਦੋਸਤ ਦਮਨ ਨੇ ਵਧਾਈ ਦਿੱਤੀ ਨਾਲੇ ਮਠਿਆਈ ਦਿੱਤੀ ਪਰ ਨਾਲ ਸਵਾਲ ਉਠਾਇਆ ਕਿ ਤੇਰੇ ਪਾਪਾ ਜੀ ਨੂੰ ਕਿੱਦਾਂ ਦਾ ਲੱਗਾ ਤੇਰੇ ਪਾਪਾ ਜੀ ਨੂੰ ਕਿੱਦਾਂ ਦਾ ਲੱਗਾ ਰਮਨ ਬੋਲਿਆ ਮੂੰਹ ਖੋਲਿਆ ਕਹਿੰਦਾ ਡੈਡੀ ਤਾਂ ਬੜੀਆਂ ਬੜੀਆਂ ਅਜੀਬ ਗੱਲਾਂ ਕਹਿ ਰਹੇ ਨੇ ਡੈਡੀ ਤਾਂ ਬੜੀਆਂ ਬੜੀਆਂ ਅਜੀਬ ਗੱਲਾਂ ਕਹਿ ਰਹੇ ਨੇ ਕਹਿੰਦੇ ਨੇ ਕਿ ਤੂੰ ਪੁੱਠੇ ਪਾਸੇ ਜਾ ਰਿਹਾ ਤੂੰ ਤਾਂ ਵੱਖ ਵੱਖ ਕਰਨ ਦੇ ਮਾਮਲਿਆਂ 'ਤੇ ਆਪਣੇ ਮਾਮਿਆਂ 'ਤੇ ਜਾ ਰਿਹਾ